औज़बिल्लाहिमिन शैतवानिर्रजीम बिस्मिल्लाहिर्रहमानिर्रहीम अस्सलामुअलैकुम जी। चढ़दे पंजाब वाले वीरां नूं प्यार भरी सति श्री अकाल। मैं तुहाडा वीर मियां दनान, तुसीं देखदे यूट्यूब चैनल पंजाब दी कबूतरबाजी। अज असीं पहुंचे हां जी पिंड 123 जीमबे सुद्धूपुरा। इत्थे दे बड़े ही अच्छे नौजवान कबूतरबाज खिलाड़ी राणा सद्दर भूरी इन्हां कोल आए हैं जी। उस्ताद उन्हां नूं पुछदे हां कबूतरबाजी दा जिहड़ा शौक आ किहदे वल देख के पिया, तो कबूतरबाजी सीखने लई किहनूं उस्ताद फड़िया, तो किन्नी देर कबूतरबाजी करदिया होया उस्ताद हुणा नूं किन्नी देर हो गई आ, बाकी गल्लां उस्ताद हुणा नूं पुछदे आ। ये दोस्तों माशाल्लाह सुद्धूपुरे च असीं बैठे हाँ, ये एक कबूतरबाजी का गाढ़ आ। बाकी इंटरव्यू शुरू करदे आ। अस्सलाम वालेकुम उस्ताद जी। वालेकुम सलाम उस्ताद जी। तुहाडा पहले तो बहुत शुक्रिया, तुसीं कीमती टाइम चों सानूं टाइम दित्ता। कोई गल नहीं। तो बाकी उस्ताद जी, जिहड़ा कबूतरबाजी का शौक है, तुहानूं किहदे वल देख के पिया? कबूतरबाजी का शौक ये मेरे वालद साहब करते। अच्छा जी। बस उन्होंने देख के यानी कि उन्होंने पिछे जान लग गए कर लग गए, देख के उन्होंने शौक जरा वालद साहब वाली हो, बाकी होर किसी वाली। अच्छा उस्ताद जी, यानी कि जद्दी पुश्ती कबूतरबाजी? जद्दी पुश्ती कबूतरबाजी। कि उम्र से ताकि जो तुम शौक पिया वा? मेरी को उम्र होनी है कोई कह लो भी 8-9 साल दी उम्र। अच्छा जी। कबूतरबाजी 8 साल होनी। अच्छा वालद साहब का उस्ताद जी ते नाम आ? राणा साजद पहलवान। अच्छा जी। ਪਹਿਲਵਾਨੀ ਵੀ ਕਰਦੇ ਸੀ? ਹਾਂ ਪਹਿਲਵਾਨੀ ਵੀ ਕਰਦੇ ਸੀ। ਪਹਿਲਵਾਨੀ 'ਚ ਵੀ ਮਾਸ਼ਾਅੱਲਾ ਬਹੁਤ ਨਾਂ ਉਹਨਾਂ ਨੇ ਕੱਢਿਆ। ਅੱਛਾ। ਮੁੜ ਕੇ ਕਬੂਤਰਬਾਜ਼ੀ 'ਚ ਵੀ? ਹਾਂਜੀ। ਆਪਣੇ ਗਰੁੱਪ ਵੀ ਅਸੀਂ ਉਹਨਾਂ ਦੇ ਨਾਂ 'ਤੇ ਬਣਾਇਆ ਹੈ, ਰਾਣਾ ਪਹਿਲਵਾਨ ਕਲੱਬ। ਰਾਣਾ ਪਹਿਲਵਾਨ ਕਲੱਬ। ਅੱਛਾ ਉਸਤਾਦ ਜੀ, ਜਿਹੜੀ ਤੁਹਾਡੀ ਜ਼ਿੰਦਗੀ ਦੀ ਪਹਿਲੀ ਬਾਜ਼ੀ ਸੀ ਜੋ ਤੁਹਾਨੂੰ ਕਬੂਤਰਬਾਜ਼ੀ ਦਾ ਪਤਾ ਲੱਗ ਗਿਆ ਸੀ ਕਿ ਇੱਦਾਂ ਕਬੂਤਰਬਾਜ਼ੀ ਹੁੰਦੀ ਆ, ਤੁਸੀਂ ਕਿੱਥੇ ਪਹਿਲੀ ਬਾਜ਼ੀ ਜਾਂ ਪਹਿਲਾ ਪੁਆਇੰਟ ਕਿੱਥੇ ਕਿਹੜੀ ਜਗ੍ਹਾ 'ਤੇ ਛੱਡਿਆ? ਇੱਥੇ ਸਿੱਧੂਪੁਰ 'ਚ ਹੀ ਛੱਡਿਆ ਸੀ ਪਹਿਲਾਂ। ਇੱਥੇ ਕੋਈ ਸੰਨ ਯਾਦ ਆ ਤੁਹਾਨੂੰ ਜੀ? ਸੰਨ ਤਕਰੀਬਨ 11-12 ਦੀ ਗੱਲ ਆ। 2011 ਜਾਂ 12? ਹਾਂ। ਕਿੰਨੇ ਕਬੂਤਰ ਟੋਟਲ ਉੱਡੇ ਸੀ ਅਤੇ ਕੀ ਮੁੱਢ ਸੀ ਉਸਤਾਦ ਜੀ? ਉਹਦਾ ਮੁੱਢ ਸੀ 1000 ਰੁਪਈਆ ਮੁੱਢ ਸੀਗਾ। ਅੱਛਾ ਜੀ। ਅਤੇ ਪੱਖਾ ਨਾਮ ਸੀ ਗੱਲ। ਅੱਛਾ ਜੀ। ਪਹਿਲਾ ਨਾਮ? ਪਹਿਲਾ ਨਾਮ ਪੱਖਾ ਸੀ। ਅੱਛਾ ਜੀ। ਉਹ ਕਬੂਤਰ ਆਪਣਾ ਜਿੱਤਿਆ ਸੀਗਾ, ਮੈਂ ਛੱਡਿਆ ਸੀ, ਯਾਨੀ ਕਿ ਉਦੋਂ ਸਿਰਫ ਮੈਨੂੰ ਗਰਮ ਕਰਨ ਦਾ ਪਤਾ ਸੀ ਕਬੂਤਰ ਦਾ। ਅੱਛਾ ਜੀ। ਕਿਸੇ ਗੋਲੀ ਦਾ ਹੋਰ ਚੀਜ਼ ਦਾ ਨਹੀਂ ਪਤਾ ਸੀ। ਹਾਂਜੀ। ਗਰਮ ਕਰਕੇ ਇਕੱਲਾ ਕਬੂਤਰ ਨੂੰ ਪਾਣੀ ਸਾਦਾ ਤੇ ਛੱਡਿਆ ਸੀ। ਅੱਛਾ। ਤੇ ਕਬੂਤਰ ਆਪਣਾ ਮਾਸ਼ਾਅੱਲਾ ਵਿਨ ਹੋ ਗਿਆ ਸੀ। ਗੋਲੀ ਨਹੀਂ ਕੋਈ ਵੀ ਲਾਈ? ਕੋਈ ਗੋਲੀ ਨਹੀਂ ਲਾਈ। ਉਸਤਾਦ ਜੀ, ਉਹ ਕਿਹੜੇ ਆਰਾਂ ਦਾ ਕਬੂਤਰ ਸੀ? ਉਹ ਆਪਣੇ ਰੰਗਲੇ ਕਬੂਤਰ ਸੀ, ਉਹਨਾਂ ਦੇ ਵਿੱਚੋਂ ਕਬੂਤਰ ਸੀ, ਟੀਰਾ ਕਬੂਤਰ ਸੀ ਸ਼ਾਹ ਘੱਟੀ। ਅੱਛਾ ਜੀ। ਉਹ ਦੜੇ ਦਾ ਕੀ ਰਿਜ਼ਲਟ ਰਿਹਾ ਫਿਰ? ਉਹ ਤਾਂ ਬਸ ਉੱਥੋਂ ਫਿਰ ਚੱਲ ਪਿਆ ਕੰਮ, ਸ਼ੌਕ ਮੈਨੂੰ ਚੜ ਗਿਆ, ਰਿਜ਼ਲਟ ਰਿਹਾ, ਕਬੂਤਰ ਆਪਣਾ ਜਿੱਤ ਗਿਆ ਸੀ ਉਹ। ਇਹ ਕਿੰਨੇ ਵਜੇ ਜਿੱਤਿਆ ਸੀ ਜੀ? ਉਹ ਤਕਰੀਬਨ ਉਹ 2:30-3 ਵਜੇ ਜਿੱਤਿਆ ਸੀਗਾ, ਅਤੇ 4 ਵਜੇ ਲਾਗੇ ਕਬੂਤਰ ਆਪਣਾ ਬੈਠਾ ਸੀ। ਅੱਛਾ। ਟੋਟਲ ਉਸਤਾਦ ਜੀ ਕਿੰਨੇ ਕਬੂਤਰ ਉੱਡੇ ਸੀ ਉਹਦੇ ਵਿੱਚ? ਕਬੂਤਰ ਉਡੋਂ ਉੱਡੇ ਸੀ 22-23 ਕਬੂਤਰ ਉੱਡੇ ਸੀ। ਅੱਛਾ ਜੀ। ਕਿਹੜੇ ਕਿਹੜੇ ਉਦੋਂ ਉਸਤਾਦ ਜੀ ਕੋਈ ਸ਼ਿਕਾਰੀ ਸੀ, ਕੋਈ ਮਸ਼ਹੂਰ, ਕੋਈ ਅਗਰ ਤੁਹਾਨੂੰ ਕੋਈ ਨਾਮ ਹੋਵੇ ਚੰਦ, ਕੋਈ ਸਾਡੇ ਦੇਖਣ ਵਾਲੇ ਵੀਰਾਂ ਨੂੰ ਕੋਈ ਦੱਸੋ ਉਹਨਾਂ ਦੇ ਬਾਹਰੋਂ ਕੋਈ ਸ਼ਿਕਾਰੀ ਆਏ ਹੋਣ? ਬਾਹਰੋਂ ਉਹਦੇ ਵਿੱਚ ਸ਼ਿਕਾਰੀ ਕੋਈ ਨਹੀਂ ਸੀ, ਪਿੰਡ ਦੇ ਹੀ ਮਾਸ਼ਾਅੱਲਾ ਪਿੰਡ 'ਚ ਹੀ ਸਾਰੇ ਸ਼ਿਕਾਰ ਆ, ਇੱਥੇ ਸਾਰੇ ਸ਼ਿਕਾਰੀ ਆ। ਬਿਲਕੁਲ ਜੀ। ਪਿੰਡ 'ਚ ਜਿਹੜੇ ਸੀ ਨਾਮ, ਇੱਕ ਆਪਣਾ ਮਿੱਠੂ ਚੀਚਾ ਆ, ਇੱਕ ਮੁੰਡਾ ਰਾਣਾ ਸਰਫਰਾਜ ਆ ਬਾੜੀ ਵਾਲਾ। ਅੱਛਾ ਜੀ। ਉਹਨਾਂ ਦੇ ਸੀ ਕਬੂਤਰ। ਹਾਂਜੀ। ਬਾਕੀ ਕੋ ਹਾਜੀ ਸੁਨਾਵਲਾ, ਉਹਦੇ ਮੁੰਡੇ ਗਾਂਢ ਸ਼ੌਕ ਕਰਦੇ ਆ, ਰਾਣਾ ਤੀਕ ਤੇ ਰਾਣਾ ਤੀਕ, ਉਹਨਾਂ ਦੇ ਸੀ ਵਿੱਚ ਜਾਨਵਰ। ਅੱਛਾ ਅੱਛਾ ਉਸਤਾਦ ਜੀ, ਫਿਰ ਤੁਹਾਨੂੰ ਸ਼ੌਕ ਦੇਖ ਕੇ ਹੋਰ ਜ਼ਿਆਦਾ ਤੁਹਾਨੂੰ ਸ਼ੌਕ ਜਾਣ ਕੇ ਮਜ਼ੀਦ ਤੁਹਾਨੂੰ ਸ਼ੌਕ ਪੈ ਗਿਆ? ਸ਼ੌਕ ਬਸ। ਫਿਰ ਤੁਸੀਂ ਉਸਤਾਦ ਜੀ ਕਿੱਥੇ ਕਿੱਥੇ ਕਬੂਤਰਬਾਜ਼ੀ ਕੀਤੀ? 2012 'ਚ ਇਹ ਪਹਿਲਾ ਪੁਆਇੰਟ ਸੀ, ਫਿਰ 13 ਜਾਂ 14 ਕੋਈ ਮੁੜ ਕੇ ਫਿਰ ਆਪਣਾ ਵਾਲਾ ਸਾਹਿਬ ਇੱਥੇ ਹੀ ਸੀਗੇ। ਅੱਛਾ ਜੀ। ਕਬੂਤਰਬਾਜ਼ੀ ਜਿਹੜੀ ਅਸੀਂ ਉੱਥੋਂ ਖਤਮ ਹੋ ਗਈ ਸੀਗੀ, ਅਸੀਂ ਚਲੇ ਗਏ ਸੀ ਟੋਬੇ। ਅੱਛਾ ਜੀ। ਉੱਥੇ ਆਪਣਾ ਰਕਬਾ। ਹਾਂਜੀ। ਉਹ 14-15 ਤੱਕ ਯਾਨੀ ਕਿ ਕੋਈ ਸ਼ੌਕ ਨਹੀਂ ਕੀਤਾ ਫਿਰ। ਅੱਛਾ। ਉਹ ਤਾਂ ਮਿਸ 15-16 ਤੋਂ ਯਾਨੀ ਕਿ ਫਿਰ ਇੱਥੇ ਇੰਟਰ ਹੋਏ, ਕਬੂਤਰ ਛੱਡਣੇ ਸ਼ੁਰੂ ਕੀਤੇ। ਅੱਛਾ। 2016 ਵਿੱਚ? 16 'ਚੋਂ। ਅੱਛਾ ਜੀ। ਅਤੇ ਮਾਸ਼ਾਅੱਲਾ 16 ਦੇ ਵਿੱਚੋਂ ਸ਼ੁਰੂ ਹੋਏ ਹਾਂ, ਹੁਣ ਤੱਕ ਅੱਲਾ ਦੀ ਰਹਿਮਤ ਆ ਕੋਈ ਸਾਲ ਐਸਾ ਨਹੀਂ ਜਿਹੜਾ ਆਪਾਂ ਦੜੇ ਨਹੀਂ ਜਿੱਤੇ ਇੱਥੋਂ। ਅੱਛਾ ਉਸਤਾਦ ਜੀ, ਤੁਹਾਡੇ ਰੰਗਲੇ ਕਬੂਤਰ ਮਸ਼ਹੂਰ ਹੋਏ ਆ। ਹਾਂਜੀ ਬਿਲਕੁਲ। ਉਹ ਕਬੂਤਰਾਂ ਦੀ ਜਿਹੜੀ ਨਸਲ ਸੀ ਰੰਗਲਿਆਂ ਦੀ, ਹਾਂਜੀ, ਉਹ ਕਿੱਥੋਂ ਬਣੇ ਅਤੇ ਕਿੱਥੋਂ ਤੁਹਾਡੇ ਕੋਲ ਕਿੱਦਾਂ ਆਏ ਉਸਤਾਦ ਜੀ, ਉਹਨਾਂ ਦੀ ਕੋਈ ਹਿਸਟਰੀ ਦੱਸੋ ਸਾਨੂੰ। ਇਹ ਨਾ ਕਬੂਤਰ ਆਏ 34 ਚੋਂ। ਅੱਛਾ ਜੀ। 34 ਗਾ ਸਤਿਆਣੇ 34 ਚੋਂ ਆਏ ਆ। ਅੱਛਾ ਜੀ। ਉਸਤਾਦ ਬਾਦੀ ਸੀ, ਇੱਕ ਪਿੰਡ 'ਚ ਦੜਾ ਹੋ ਰਿਹਾ ਸੀਗਾ, ਬਾਜੀ ਹੋ ਰਹੀ, ਸੋਰੀ, ਕੈਰੀ ਬਾਜੀ ਉੱਡ ਰਿਹਾ ਸੀ ਕਬੂਤਰ। ਹਾਂਜੀ। ਅਤੇ ਅੱਬੂ ਹੁਣੀ ਲੈਣ ਗਏ, ਉਹ ਕਹਿੰਦੇ ਸਾਡੀ ਬਾਜੀ ਨਾਲ ਕੈਰੀ ਉੱਡ ਰਿਹਾ ਕਬੂਤਰ, ਬਾਜੀ ਭਗਤਾ ਕੇ
ਤੁਹਾਨੂੰ ਕਬੂਤਰ ਅਸੀਂ ਦੇ ਸਕਦੇ ਹਾਂ। ਇਹ ਕੋਈ ਸਨ ਯਾਦ ਆ ਤੁਹਾਨੂੰ ਕਿਹੜਾ ਸਨ ਸੀ? ਉਹ ਸਨ ਹੋਣਾ ਜੀ 1991 ਦੀ ਗੱਲ ਆ ਜੀ। ਅੱਛਾ ਜੀ, 90 ਜਾਂ 91 ਦੀ। ਉਦੋਂ ਆਪਣਾ ਤੁਹਾਨੂੰ ਪੂਰੀ ਹੋ ਗਈ? ਮੈਨੂੰ ਪੂਰੀ ਹੋ ਗਈ। ਅੱਛਾ ਉਸਤਾਦ ਜੀ, ਫਿਰ ਉੱਥੇ ਵਾਲਾ ਸਾਹਿਬ ਗਏ ਤੁਹਾਡੇ ਕਬੂਤਰ ਲੈਣ, ਉਹਨਾਂ ਨੇ ਕਿਹਾ ਬਾਜੀ ਪਖਤਾ ਆ ਕੇ ਅਸੀਂ ਤੁਹਾਨੂੰ ਫਿਰ ਦੇ ਦਾਂਗੇ। ਬਾਜੀ ਪਖਤਾ ਆ ਕੇ ਦੇ ਦਿਆਂਗੇ। ਉਦੋਂ ਆਪਣਾ ਅਸੀਂ ਉਹ ਕਬੂਤਰ ਲਏ ਨੂੰ ਮੇਰਾ ਖਿਆਲ 32 ਸਾਲ ਹੋ ਗਏ। 3500 ਰੁਪਏ ਦਾ ਆਪਾਂ ਕਬੂਤਰ ਲਿਆ ਸੀ ਉਹਨਾਂ ਕੋਲੋਂ। ਕਿਹੜੇ ਬੰਦੇ ਕੋਲ ਲਿਆ ਸੀ ਜੀ ਉਹ? ਉਸਤਾਦ ਬਾਦੀ ਆ ਜੀ। ਅੱਛਾ ਜੀ, ਹੈਗੇ ਆ ਹਲੇ ਉਹ? ਨਹੀਂ, ਉਹ ਅੱਲਾ ਨੂੰ ਪਿਆਰੇ ਹੋ ਗਏ। ਅੱਛਾ ਜੀ। ਅੱਛਾ, ਉਹ ਕਬੂਤਰ ਲਿਆ ਅਤੇ ਉਹ ਕੋਈ ਰੌਲਾ ਬਣ ਗਿਆ, ਮੁੜ ਕੇ ਉਹ ਮੁੱਕਰਨ ਲੱਗ ਗਏ ਬੰਦੇ। ਹਾਂਜੀ, ਕਬੂਤਰ ਤੋਂ ਭੱਜਣ ਲੱਗ ਗਏ, ਜਾਣੀ ਕਿ ਪਰਿਆ ਪੰਚਾਇਤਾਂ ਕਰਕੇ ਫਿਰ ਦੁਬਾਰਾ ਅਸੀਂ ਉਹ ਕਬੂਤਰ ਲਿਆ। 8ਵੇਂ ਦਿਨ ਬਾਜੀ ਬਰਾਬਰ ਹੋ ਗਈ ਸੀ, ਉੱਥੇ ਕੋਈ ਪਿੰਡ ਦੇ ਵਿੱਚ ਕਤਲ ਹੋ ਗਿਆ ਸੀ। ਅੱਛਾ ਜੀ, ਉਹ ਮੁੱਕਰਦੇ ਉਸਤਾਦ ਜੀ ਕਿਸ ਵਜ੍ਹਾ ਤੋਂ ਸੀ? ਥੋੜ੍ਹਾ ਜਿਹਾ ਸਾਡੇ ਦੇਖਣ ਵਾਲੇ ਨੂੰ, ਉਹ ਮੁੱਕਰਦੇ ਇਸ ਵਜ੍ਹਾ ਤੋਂ ਸੀ, ਕਬੂਤਰ 8 ਦਿਨ ਉੱਡ ਗਿਆ ਜੇਠ ਦੇ ਵਿੱਚ, ਲੱਗੇ ਦਿਨਾਂ ਦੇ ਵਿੱਚ। ਅੱਛਾ ਜੀ, ਠੀਕ ਹੈ। ਹਾਂਜੀ, ਉਹ ਵਾਲਾ ਸਾਹਿਬ ਨੂੰ ਇਹ ਵੀ ਕਹਿੰਦੇ ਰਹੇ ਆ ਵੀ ਸਾਡੀ ਨਾ ਕੋਈ ਆ ਮੱਝ ਲੈ ਜਾਓ, ਉਹਦੇ ਥਾਂ 'ਤੇ ਕਬੂਤਰ ਨਹੀਂ ਅਸੀਂ ਦੇਣਾ। ਅੱਛਾ ਜੀ, ਫਿਰ ਉਸ ਪਿੰਡ ਦਾ ਕੋਈ ਲੰਬੜਦਾਰ ਆ, ਉਹ ਵਾਲਾ ਸਾਹਿਬ ਉਹਨਾਂ ਨਾਲ ਤੁਰਿਆ, ਉਹਨੇ ਉਹ ਕਬੂਤਰ ਲੈ ਕੇ ਦਿੱਤਾ। ਅੱਛਾ, ਉਹ ਕਹਿੰਦੇ ਮੱਝ ਲੈ ਜਾਓ, ਅਸੀਂ ਕਬੂਤਰ ਨਹੀਂ ਦੇਣਾ। ਸਹੀ ਹੋ ਗਿਆ। ਅੱਛਾ ਫਿਰ ਉਸਤਾਦ ਜੀ, ਉਹ ਕਬੂਤਰ ਕਿਹੜੀਆਂ ਆਰਾਂ ਦਾ ਸੀ, ਕਿਹੜੀਆਂ ਅੱਖਾਂ ਦਾ ਸੀ ਉਹ? ਉਹ ਸ਼ਾਹਖਾ ਕਬੂਤਰ ਸੀ, ਚਿੱਟਾ। ਅੱਛਾ, ਉਹ ਫਿਰ ਤੁਸੀਂ ਘਰ ਲਿਆ ਕੇ ਉਸਤਾਦ ਜੀ ਉਹਨੂੰ ਉਡਾਇਆ ਜਾਂ ਇੱਥੇ ਉਹਨੂੰ ਤੁਸੀਂ ਬੱਚਿਆਂ ਪਾ ਲਿਆ? ਨਹੀਂ, ਇੱਥੇ ਸਿੱਧੂਪੁਰ 'ਚ ਗਜਾਇਆ ਉਹਨੂੰ। ਅੱਛਾ, ਇੱਥੇ ਉੱਡਿਆ, ਇੱਥੇ ਉਹਨੇ ਕੋਈ ਦੜਾ ਨਹੀਂ ਦਿੱਤਾ, ਕੋਈ ਦੜਾ ਬਾਜੀ ਹਰਿਆ ਨਹੀਂ ਉਹ ਕਬੂਤਰ। ਅੱਛਾ ਉਸਤਾਦ ਜੀ, ਜਦੋਂ ਤੁਸੀਂ ਉੱਥੋਂ ਲਿਆ ਕੇ ਇੱਥੇ ਗਜਾ ਲਿਆ, ਹਾਂਜੀ, ਇਹ ਆਪਣਾ ਫਿਰ ਤੁਸੀਂ ਸਾਨੂੰ ਦੱਸੋ ਉਹ ਕਿਹੜੇ ਸਾਲ ਤੁਸੀਂ ਉਡਾਇਆ ਅਤੇ ਪਹਿਲੇ ਪੁਆਇੰਟ 'ਚ ਉਹਦਾ ਕੀ ਰਿਜ਼ਲਟ ਰਿਹਾ? ਉਹ 1991 ਦੇ 92 ਦੇ ਵਿੱਚ ਉੱਡਿਆ ਜੀ। ਅੱਛਾ ਜੀ, ਅਤੇ ਦੜਾ ਇਹ ਦੜੇ ਹੁੰਦੇ ਸੀ, ਟਾਈਮ ਪੀਸ ਦਾ ਦੜਾ ਹੁੰਦਾ ਸੀ ਮੈਨੂੰ ਯਾਦ ਹੈ। ਅੱਛਾ ਜੀ, ਟਰਾਫੀ ਹੁੰਦੀ ਸੀ, ਕੱਪ, ਹਾਂਜੀ, ਜਿਹੜਾ ਹੀ ਸ਼ਾਇਦ ਵੀ ਸੀ ਨਾ, ਜਾਂ ਟੈਲੀਵਿਜ਼ਨ ਦਾ ਦਿੰਦੇ ਸੀ, ਜਾਣੀ ਕਿ ਇੱਥੇ ਤੱਕ ਆ ਗਿਆ ਸੀ। ਅਤੇ ਪਿੰਡ ਵਾਲੇ ਇਹ ਕਹਿੰਦੇ ਸੀਗੇ ਸਾਡੇ ਪਿੰਡ ਦੇ, ਹਾਂਜੀ, ਅਗਰ ਇਹ ਕਬੂਤਰ ਅਗਲੇ ਦੜੇ 'ਚ ਲੈ ਗਿਆ ਸੀ, ਕਬੂਤਰ ਨਹੀਂ ਛੱਡਣੇ। ਅਤੇ ਬਾਕੀ ਕਬੂਤਰ ਨਹੀਂ ਸੀ ਗਿਆ ਮਤਲਬ 'ਚ, ਦੜਾ ਹੈਗਾ ਸੀ। ਅੱਛਾ ਜੀ, ਕਬੂਤਰ ਗਿਆ ਰੰਗਲਾ, ਜਾਣੀ ਕਿ ਕਬੂਤਰ ਕੋਈ ਨਹੀਂ ਗਰਾਊਂਡ 'ਚ ਪਹੁੰਚਿਆ ਸੀ, ਕੋਈ ਕਬੂਤਰ ਬੰਦਾ ਉੱਥੇ ਲੈ ਕੇ ਨਹੀਂ ਪਹੁੰਚਿਆ ਸੀ। ਉਹਨੇ ਕਿੰਨੇ ਦੜੇ ਉਸ ਸਾਲ ਉਸਤਾਦ ਜੀ ਇੱਥੋਂ ਵਿਨ ਕੀਤੇ? ਤਕਰੀਬਨ 2-3 ਦੜੇ ਉੱਡਿਆ ਕਬੂਤਰ। ਅੱਛਾ ਜੀ, ਉਸ ਤੋਂ ਬਾਅਦ ਉਹਦੀ ਬਰੀਡ ਉੱਡਣੀ ਸ਼ੁਰੂ ਹੋ ਗਈ, ਬੱਚੇਗਾ ਉਹਦੇ, ਬੱਚੇਗਾ। ਅੱਛਾ ਜੀ, ਅੱਛਾ, ਇੱਥੇ ਇਹ ਆਪਣਾ ਕਬੂਤਰ ਸਾਡਾ ਇਹ ਉੱਡਦਾ ਸੀਗਾ, ਅਤੇ ਟੋਬੇ ਜਿੱਥੇ ਸਾਡਾ ਰਕਬਾ ਆ, ਹਾਂਜੀ, ਇੱਕ ਕਬੂਤਰੀ ਸੀ ਉੱਥੇ, ਘੋੜੀ ਨਾਂ ਦਾ ਮਸ਼ਹੂਰ ਸੀ। ਕਿਹੜੇ ਟੋਬੇ ਸ਼ਹਿਰ 'ਚ ਜਾਂ ਕਿਸੇ? ਟੋਬਾ ਟੇਕ ਸਿੰਘ 294 ਗਾਬੇ ਪਿੰਡ 294। ਅੱਛਾ ਜੀ, ਵਾਲਾ ਸਾਹਿਬ ਫਿਰ ਉੱਥੋਂ ਲਿਆਏ ਉਹ ਕਬੂਤਰੀ, ਇੱਧਰੋਂ ਇਹ ਜਿੱਤ ਰਿਹਾ ਸੀ, ਉੱਧਰੋਂ ਉਹ ਜਿੱਤ ਰਹੀ ਸੀ। ਅੱਛਾ ਜੀ, ਚਿੱਟੀ ਸੀ ਉਹ? ਚਿੱਟੀ ਪੀਲੀਆਂ ਅੱਖਾਂ ਦੀ ਸੀ, ਖੱਟੀਆਂ ਅੱਖਾਂ, ਖੱਟੀਆਂ ਅੱਖਾਂ ਦੀ ਕਬੂਤਰੀ ਸੀ। ਅੱਛਾ ਜੀ, ਉਹ ਫਿਰ ਇੱਥੇ ਲਾਈ ਲਿਆ ਕੇ ਉਸ ਕਬੂਤਰ ਨਾਲ ਰੰਗਲੇ ਨਾਲ, ਹਾਂਜੀ, ਉਹਨਾਂ ਨੇ ਫਿਰ ਝੋਲੀਆਂ ਕੱਢੀਆਂ। ਜੰਨੂ ਕਬੂਤਰ ਸੀ ਇੱਕ ਸਾਡਾ, ਉਹਦਾ ਨਿਕਲਿਆ ਪੱਠਾ, ਇੱਕ ਲੰਡਾ ਸੀਗਾ ਪਹਿਲੀ ਝੋਲੀ 'ਚੋਂ, ਪਹਿਲੀ ਝੋਲੀ 'ਚੋਂ। ਅੱਛਾ ਜੀ, ਜੰਨੂ ਲੰਡਾ, ਉਸ ਤੋਂ ਬਾਅਦ ਮਸੂਮ, ਯਾਨੀ ਕਿ ਜਿੱਦਾਂ ਉਹਨਾਂ ਦੇ ਬੱਚੇ ਨਿਕਲਦੇ ਰਹੇ ਤੁਸੀਂ ਨਾਂ ਰੱਖਦੇ ਗਏ? ਨਾਂ ਰੱਖ ਦਿਓ, ਆਪ ਹੀ ਨਾਂ ਰਖਾ ਲੈਂਦੇ ਸੀ, ਆਦਤਾਂ ਇੱਦਾਂ ਦੀਆਂ ਸੀਗੀਆਂ। ਜਾਂ ਕਿਸਾ ਲੰਡਾ ਸੀ, ਹਾਂਜੀ, ਉਹ ਇੱਥੇ ਆਪਣੇ ਸਿੱਧੂਪੁਰ 'ਚ ਬਾਜੀਆਂ ਸੀ ਸਾਡੀਆਂ, ਪੈ ਗਈਆਂ ਸੀ ਘਰ ਨਾਲ। ਕਿਹੜੇ ਘਰ ਨਾਲ ਸੀ ਉਸਤਾਦ ਜੀ? ਉਹ ਹਾਜੀ ਸੁਨਾਵਲਾ ਸੀਗਾ, ਉਹ ਵਿਚਾਰਾ ਫੌਤ ਹੋ ਗਿਆ। ਅੱਛਾ ਜੀ, ਉਹਦੇ ਨਾਲ ਬਾਜੀਆਂ ਸੀਗੀਆਂ। ਸਹੀ, ਕਿੰਨੀਆਂ ਬਾਜੀਆਂ ਲੱਗੀਆਂ? 10 ਬਾਜੀਆਂ ਸੀਗੀਆਂ, ਹਾਂਜੀ, ਅਤੇ ਸਾਡਾ ਘਰ ਇਕੱਲਾ ਸੀਗਾ ਜੀ ਛੱਤ, ਬਾਕੀ ਉਹਨਾਂ ਨੂੰ ਸਾਰੇ ਪਿੰਡ ਤੋਂ ਛੂਟ ਸੀ, ਜਿੱਥੋਂ ਮਰਜ਼ੀ ਛੱਡ ਸਕਦੇ ਸੀ। ਸਹੀ ਹੋ ਗਿਆ, ਜਾਣੀ ਕਿ ਉਹ ਸਾਰੇ ਪਿੰਡ 'ਚ ਛੱਡਦੇ ਸੀ। ਅਤੇ ਤੁਸੀਂ ਆਪਣੇ ਘਰੋਂ ਛੱਡਣਾ? ਅਸੀਂ ਆਪਣੇ ਘਰੋਂ ਛੱਡਿਆ ਸੀ, ਹਾਂਜੀ। 10 ਬਾਜੀਆਂ ਸੀ, 10 ਦੀਆਂ 10 ਇੱਕੋ ਹੀ ਕਬੂਤਰ ਉੱਡਿਆ ਆਪਣਾ ਲੰਡਾ ਕਬੂਤਰ। ਅੱਛਾ ਜੀ, 10ਵੀਂ ਬਾਜੀ ਉਹ ਟਾਈਮ ਘਟਾ ਗਿਆ ਸੀ ਕਬੂਤਰ, ਇੱਦਾਂ ਹਰਿਆ ਸੀ, 9 ਬਾਜੀਆਂ ਵਿਨ ਕਰ ਗਿਆ ਸੀ। ਇਹ ਬਾਜੀ ਰੋਜ਼ ਦੀ ਸੀ ਜਾਂ ਉਸਤਾਦ ਜੀ ਨਾਗੇ 'ਤੇ ਸੀ? ਨਹੀਂ, ਇਹ ਚੌਥੇ ਦਿਨ ਬਾਜੀ ਸੀ, ਚੌਥੇ ਦਿਨ ਪੱਟੇ 'ਤੇ ਜਾਣੀ। ਹਾਂਜੀ, ਅੱਛਾ ਉਸਤਾਦ ਜੀ, ਜਿਹੜਾ ਉਹ ਕਬੂਤਰ ਰੰਗਲੇ ਦੀ ਤੁਸੀਂ ਅੱਗੋਂ ਨਸਲ ਬਣਾਈ, ਉਹ ਕਬੂਤਰ ਰੰਗਲਾ ਉਹਦਾ ਨਾਮ ਤੁਸੀਂ ਰੱਖਿਆ ਸੀ ਜਾਂ ਪਿੱਛੋਂ? ਪਿੱਛੋਂ ਰੰਗਲਾ ਉਹਦਾ ਨਾਂ ਸੀਗਾ ਪਿਛਲੇ ਘਰ ਵਾਲੇ ਨੇ। ਉਹ ਕੋਈ ਯਾਦ ਆ ਤੁਹਾਨੂੰ ਉਹਨੂੰ ਰੰਗਲਾ ਕਿਉਂ ਕਹਿਣ ਲੱਗੇ ਉਸਤਾਦ? ਉਹਦੇ ਰੰਗ ਇੱਦਾਂ ਲੱਗੇ ਸੀ ਬਗਲਾਂ 'ਚ। ਅੱਛਾ, ਦੋਵਾਂ ਬਗਲਾਂ 'ਚ ਫੁੱਲ ਰੰਗਿਆ ਸੀ ਅਤੇ ਉਹ ਬੰਦਿਆਂ ਨੇ ਰੰਗਲਾ ਨਾਂ ਰੱਖਿਆ? ਉਹਨਾਂ ਨੇ ਰੱਖਤਾ ਸੀ। ਅੱਛਾ ਉਸਤਾਦ ਜੀ, ਪਿੱਛੇ 2022 ਲੰਘਿਆ, 22 'ਚ ਸ਼ੋਅ ਕੀਤਾ ਤੁਸੀਂ, ਆਹ ਜਿਹੜਾ ਲੰਘ ਕੇ ਗਿਆ ਸੀ ਇਹ 23 ਲੰਘਿਆ ਸੀ, ਐਤਕੀ 23 ਲੰਘਿਆ, 22 'ਚ ਨਹੀਂ, ਥੋੜ੍ਹਾ ਪਿੱਛੇ ਨੂੰ ਆਉਣਾ ਮੈਂ। ਰੰਗਲੇ ਤੋਂ ਬਾਅਦ ਸਾਡਾ ਜੰਨੂ ਕਬੂਤਰ ਉੱਡਿਆ। ਅੱਛਾ ਜੀ, ਉਹਦੀ ਵੀ ਹਿਸਟਰੀ ਦੱਸੋ ਸਾਨੂੰ। ਉਹ ਵੀ ਸੀ, ਇੱਕ ਘਰ ਆ ਇੱਥੇ ਸਾਡੇ ਪਿੰਡ 'ਚ। ਅੱਛਾ ਜੀ, ਉਹ ਵੀ ਵਾਲਾ ਸਾਹਿਬ ਨਾਲ ਕਰਦੇ ਸ਼ੌਕ, ਉਹ ਵੀ ਫੌਤ ਹੋ ਗਏ। ਉਹਨਾਂ ਨਾਲ ਵੀ 10 ਬਾਜੀਆਂ ਸੀਗੀਆਂ, ਆਪਣਾ ਜੰਨੂ ਕਬੂਤਰ 10 ਬਾਜੀਆਂ ਹੀ ਇਹ ਉੱਡਿਆ। ਅੱਛਾ ਜੀ,
ਇਹ ਵੀ ਮੀਂਹ ਨੇਰੀ ਆ ਗਿਆ ਸੀ ਟਾਈਮ ਕਟਾ ਕੇ 1 ਵਜੇ ਹਰਿਆ ਸੀ ਉਹ ਵੀ 1 ਹੀ ਹਰਿਆ 1 ਹੀ ਹਰਿਆ 9 ਵਜੇ ਉਹ ਵੇਰ ਨੂੰ ਹੋ ਗਿਆ ਸੀ ਉਹਨਾਂ ਨੂੰ ਵੀ ਛੂਟ ਸੀ ਜਿੱਥੋਂ ਮਰਜ਼ੀ ਛੱਡਣ ਉਹਦਾ ਕੀ ਮੁੱਢ ਸੀ ਉਦੋਂ ਬਾਜੀ ਦਾ ਸਤਾ ਬਾਜੀ ਦਾ 500 ਰੁਪਿਆ ਹੁੰਦਾ ਸੀ ਉਦੋਂ ਪਹਿਲੇ ਵਕਾ ਸੀ ਉਦੋਂ 500 ਹੀ ਬੜਾ ਹੁੰਦਾ ਸੀ 500 ਰੁਪਿਆ ਸੀ ਅੱਛਾ ਫਿਰ ਉਸ ਤੋਂ ਬਾਅਦ ਸਤਾ ਜੀ ਤੁਸੀਂ ਉਹ ਕਬੂਤਰ ਦੀ ਕਿੰਨੀ ਕੁ ਅੱਗੇ ਨਸਲ ਵਧਾਈ ਤੁਸੀਂ ਨਸਲ ਉਹਦੀ ਸਾਡੇ ਕੋਲ ਤਕਰੀਬਨ ਕਾਫੀ ਹੋ ਗਈ ਸੀਗੀ 40-50 ਹੋ ਗਏ ਸੀ ਜਾਨਵਰ ਅੱਛਾ ਜੀ ਉਦੋਂ ਟੋਬੇ ਲੈ ਗਏ ਸੀ ਵਾਲਾ ਸਾਹਿਬ ਹਾਂਜੀ ਤੋ ਇੱਕੋ ਵਾਰੀ ਖਤਮ ਹੋ ਗਏ ਉਹ ਬਿੱਲੀ ਮਾਰ ਗਈ ਸੀ ਸਾਰੇ ਹੀ ਉੱਥੇ ਸਾਰੇ ਕਬੂਤਰ ਸਹੀ ਜਿਹੜੀ ਹੁਣ ਉਸਤਾਦ ਜੀ ਤੁਸੀਂ ਮਾਦੀ ਮੂਦੀ ਇੱਕ ਅੱਧੀ ਫਿਰਦੀ ਹੋਣੀ ਆ ਉੱਥੇ ਹਾਂਜੀ ਜਿਹੜੀ ਹੁਣ ਤੁਸੀਂ ਨਸਲ ਬਣਾਈ ਆ ਹਾਂਜੀ ਉਹ ਉਸਤਾਦ ਜੀ ਤੁਸੀਂ ਕਿੱਥੋਂ ਲਿਆ ਕੇ ਕਬੂਤਰਾਂ ਦੀ ਨਸਲ ਬਣਾਈ ਆ ਇਹ ਕਬੂਤਰ ਅਸੀਂ ਬਾਹਰੋਂ ਅੰਦਰੋਂ ਮੁੱਲ ਲਿਆਂਦੇ ਸੀ ਅੱਛਾ ਜੀ ਪੋਸ਼ਾ ਅਲੀ ਭਾਈ ਬੈਠੇ ਆ ਹਾਂਜੀ ਠੀਕ ਆ ਇਹਦੇ ਘਰ ਦੇ ਇਹਨਗੇ ਪਾ ਕੇ ਕਰਾਸ ਕਰੂਸ ਪਾ ਕੇ ਕਬੂਤਰ ਬਣਾਏ ਕਬੂਤਰ ਮੁੱਲ ਲਿਆਂਦਾ ਸੀ ਨਾ ਰੰਗਲਾ ਉਹਨੂੰ ਵੀ ਨਾਲ ਹੀ ਲਿਆਂਦਾ ਸੀ ਜਿਹੜਾ ਅੜਾਉਂਦਾ ਸੀ ਉਹਨੂੰ ਸਹੀ ਅੱਛਾ ਉਸਤਾਦ ਜੀ ਤੁਹਾਡੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਆ ਅਸੀਂ ਵੀ ਦੇਖੀ ਆ ਅਕਸਰ ਯੂਟਿਊਬ ਤੇ ਹਾਂਜੀ ਉਹਦੀ ਸਾਨੂੰ ਥੋੜ੍ਹੀ ਜਿਹੀ ਹਿਸਟਰੀ ਦੱਸੋ 2023 ਦੇ ਵਿੱਚ ਤੁਸੀਂ ਕਿੱਥੇ ਕਿੱਥੇ ਸ਼ੌਕ ਕੀਤਾ 2023 'ਚ ਮੈਂ ਇੱਥੇ ਫੈਸਲਾਬਾਦ ਆਪਣੇ ਸਿੱਧੂਪੁਰ 'ਚ ਕੀਤਾ ਜੀ ਅੱਛਾ ਜੀ ਅਤੇ ਟੋਬਾ ਟੈਕਸਨ 294 'ਚ ਕੀਤਾ ਜੀ ਅੱਛਾ ਜੀ ਇੱਥੇ ਕਿੰਨੇ ਪੁਆਇੰਟ ਛੱਡੇ ਸਤਾਰ ਜੀ ਤੁਸੀਂ ਇੱਥੇ 3 ਪੁਆਇੰਟ ਛੱਡੇ ਜੀ ਅਤੇ ਉਹਨਾਂ ਦਾ ਕੀ ਰਿਜ਼ਲਟ ਰਿਹਾ ਪਹਿਲੇ ਪੁਆਇੰਟ ਦਾ ਪਹਿਲਾ ਪੁਆਇੰਟ ਆਪਣਾ ਆਖਰੀ ਕਬੂਤਰ ਥੱਲੇ ਆਪਣੀ ਕਬੂਤਰੀ ਘੱਟ ਗਈ ਸੀਗੀ ਅੱਛਾ ਜੀ ਉਹ ਕਿਹਨੇ ਵਿਨ ਕੀਤਾ ਸੀ ਪੁਆਇੰਟ ਜੀ ਉਹ ਆਪਣੇ ਪਿੰਡ ਦਾ ਹੀ ਹੈ ਇੱਥੇ ਰਾਣਾ ਖਾਲਕ ਅੱਛਾ ਜੀ ਉਸ ਤੋਂ ਬਾਅਦ ਦੂਸਰਾ ਪੁਆਇੰਟ ਆਪਣੀ ਉਹੀ ਕਬੂਤਰੀ ਛੱਡੀ ਅਸੀਂ ਫਿਰ ਅੱਛਾ ਜੀ ਅਤੇ ਮਾਸ਼ਾਅੱਲਾ ਚੰਗੀ ਹੋ ਕੇ ਵਧੀ ਉਹੀ ਕਬੂਤਰੀ ਕਿੰਨੇ ਵਜੇ ਉਸਤਾਦ ਜੀ ਉਹ ਜਿੱਤ ਗਈ ਸੀ ਕਬੂਤਰੀ ਤਾਂ ਮੋੜ ਦੇ ਵਿੱਚ ਤਕਰੀਬਨ ਕੋਈ 6 ਦੇ ਲਾਗੇ ਟਾਈਮ ਹੋਣਾ ਜੀ 6:02 ਦੇ ਜਿਹੜੀ ਨਾ ਖਲੋ ਕੇ ਜਾਂ ਕੁੱਟ ਖਾ ਕੇ ਨਹੀਂ ਕੋਟੀ ਖਾਂਦੇ ਸੀ ਕਬੂਤਰ ਅੱਛਾ ਦੋਵੇਂ ਐਂਡ ਤੇ ਵੀ ਉਹਨਾਂ ਦਾ ਹੀ ਹਰਿਆ ਹਾਂ ਰਾਣੇ ਖਾਲਕ ਦਾ ਹੀ ਨਹੀਂ ਆਪਣੀ ਫਿਰ ਵੀ ਯਾਨੀ ਕਿ ਘੰਟਾ ਕੱਢਦੀ ਸੀ ਹੋਰ ਅੱਛਾ ਜੀ ਨਹੀਂ ਟਾਈਮ ਪੂਰਾ ਅੱਛਾ ਫਿਰ ਉਸਤਾਦ ਜੀ ਤੀਸਰਾ ਪੁਆਇੰਟ ਆ ਗਿਆ ਤੀਸਰੇ ਪੁਆਇੰਟ 'ਚ ਉਹੀ ਕਬੂਤਰੀ ਛੱਡੀ ਇੱਥੋਂ ਇੱਕ ਕਬੂਤਰ ਆਪਾਂ ਪਾਰਟੀ ਦਾ ਸੀ ਉੱਧਰੋਂ ਛੱਡੇ 2 ਐਂਟਰੀਆਂ ਸੀ ਨਾ ਆਪਣੀਆਂ ਅੱਛਾ ਜੀ ਉੱਧਰੋਂ ਕਬੂਤਰ ਫਿਰ ਉਹ ਕਬੂਤਰ ਉਹ ਵਿਨ ਹੋ ਗਿਆ ਸੀ ਇਹ ਕਬੂਤਰੀ ਘੱਟ ਗਈ ਸੀ ਅੱਛਾ ਜੀ ਇਹ ਕਬੂਤਰੀ ਘੱਟ ਗਈ ਹਾਂ ਮੋੜ ਦੇ ਵਿੱਚ ਆਪਣੀ ਪਾਰਟੀ ਦੇ ਜਿਹੜੇ ਸੀ ਨਾ ਜਿੱਧਰੋਂ ਆਪਣੀ ਇੱਕ ਐਂਟਰੀ ਉੱਧਰੋਂ ਸੀਗੀ ਹਾਂਜੀ ਰਾਣਾ ਅਲੀ ਰਜ਼ਾ ਬੈਠੇ ਆ ਅੱਛਾ ਜੀ ਠੀਕ ਆ ਅਲੀ ਭਾਈ ਆ ਇਹਨਾਂ ਦੇ ਨਾਂ ਦੀ ਐਂਟਰੀ ਸੀਗੀ ਅੱਛਾ ਜੀ ਯਾਨੀ ਕਿ ਆਪਣੇ ਗਰੁੱਪ ਦੀ 2 ਪੁਆਇੰਟ ਆਪਾਂ ਵਿਨ ਕੀਤੇ ਆ ਅੱਛਾ ਜੀ 1 ਪੁਆਇੰਟ ਜਿਹੜਾ ਆਪਣੇ ਉਹ ਮੁਖਾਲਫਾਂ ਨੇ ਕੀਤੇ ਅੱਛਾ ਉਸਤਾਦ ਜੀ ਸਾਨੂੰ ਆਪਣਾ ਇਕੱਲੇ ਇਕੱਲੇ ਤੁਸੀਂ ਆਪਣੇ ਵੀਰਾਂ ਦਾ ਨਾਮ ਦੱਸੋ ਜਿਹੜੇ ਬੈਠੇ ਆ ਇਹ ਜੀ ਰਾਣਾ ਅਲੀ ਆ ਜੀ ਆਪਣੇ ਚੇਅਰਮੈਨ ਗਰੁੱਪ ਦੇ ਭਲਵਾਨ ਗਰੁੱਪ ਦੇ 123 ਜੀਂਬੇ ਸੁਧੂਪੁਰ ਤੋਂ ਜੀ ਅੱਛਾ ਜੀ ਉਹਨਾਂ ਦੇ ਨਾਲ ਆ ਜੀ ਮਲਕ ਸ਼ਬੀਰ ਸਾਹਿਬ ਇੱਥੋਂ ਹੀ ਜੀ ਇਹ ਗੁਲਾਮਾਬਾਦ ਤੋਂ ਜੀ ਗੁਲਾਮਾਬਾਦ ਤੋਂ ਜੀ ਅੱਛਾ ਆ ਜੀ ਸ਼ਾਹਦ ਬਾਟਾ ਚੋਲੇ ਤੋਂ ਸ਼ਗਿਰਦਾ ਮੇਰਾ ਜੀ 230 ਰੇਬੇ ਚੋਲਾ ਚੋਲੇ ਚੋ ਜੀ ਅੱਛਾ ਜੀ ਇਹ ਸ਼ਗਿਰਦਾ ਆਪਣਾ ਜੀ ਅੱਛਾ ਇੱਧਰ ਤੇ ਆਪਣਾ ਦੋਸਤ ਤੁਸੀਂ ਜਾਣਦੇ ਹੀ ਆ ਰਾਣਾ ਸਦਫ ਪੂਰੀ ਬਾਕੀ ਇੱਧਰ ਆਪਣੇ ਵੀਰ ਬੈਠੇ ਆ ਆਪਣਾ ਅਬਦੁਲ ਰਹਿਮਾਨ ਆ ਜੀ ਇਹ ਮਦੀਨਾਬਾਦ ਤੋਂ ਮਦੀਨਾਬਾਦ ਤੋਂ ਜੀ ਹਾਂ ਜੀ ਅੱਛਾ ਜੀ ਰਾਣਾ ਆਸਾਨ ਅਲੀ ਹਾਂਜੀ ਉਰਫ ਘੁੱਗੀ ਘੁੱਗੀ ਡੌਨ ਘੁੱਗੀ ਡੌਨ ਡੌਨ ਦੋਸਤੋ ਮੈਂ ਇਹ ਭਾਈ ਇਹ ਵੀ ਆਪਣੇ ਸਿੱਧੂਪੁਰ ਤੋਂ ਉਹ ਮੇਰਾ ਛੋਟਾ ਭਾਈ ਹੈ ਰਾਣਾ ਆਸਫ ਅੱਛਾ ਜਿਹੜਾ ਭਲਵਾਨ ਗਰੁੱਪ ਦਾ ਗਰੁੱਪ ਚਲਾ ਰਹੇ ਨੇ ਅੱਛਾ ਉਸਤਾਦ ਜੀ ਸਾਰੇ ਵੀਰਾਂ ਨੂੰ ਸ਼ੌਕ ਆ ਜੀ ਕਬੂਤਰਾਂ ਦਾ ਸਾਰੇ ਵੀਰਾਂ ਨੂੰ ਸ਼ੌਕ ਹੈ ਅਤੇ ਸਾਰੇ ਹੀ ਛੱਡ ਲੈਂਦੇ ਹਾਂ ਅਸੀਂ ਅੱਛਾ ਜੀ ਮੋੜ ਸਾਰੇ ਹੀ ਲਾ ਲੈਂਦੇ ਹਾਂ ਅੱਛਾ ਉਸਤਾਦ ਜੀ ਕਬੂਤਰਬਾਜ਼ੀ ਕਰਨ ਲਈ ਬੰਦੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਆ ਸਭ ਤੋਂ ਪਹਿਲਾਂ ਅਕਲ ਕੋਲ ਹੋਣੀ ਜ਼ਰੂਰੀ ਹੈ ਅੱਛਾ ਜੀ ਉਸ ਤੋਂ ਬਾਅਦ ਉਸਤਾਦ ਜੀ ਉਸ ਤੋਂ ਬਾਅਦ ਅੱਛਾ ਜਾਨਵਰ ਹੋਣਾ ਚਾਹੀਦਾ ਸਹੀ ਹੋ ਗਿਆ ਅੱਛਾ ਜਾਨਵਰ ਹਾਂਜੀ ਤੇ ਉਹਨਾਂ ਨੂੰ ਅੱਛੀ ਕੇਅਰ ਆਇਆ ਕਬੂਤਰਾਂ ਦੀ ਅੱਛੀ ਸਾਂਭ ਅੱਛੀ ਸਾਂਭ ਸਹੀ ਹੋ ਗਿਆ ਅੱਛਾ ਉਸਤਾਦ ਜੀ ਤੁਸੀਂ ਬਾਹਰ ਵੀ ਕਦੀ ਨਿਕਲ ਕੇ ਸ਼ੌਕ ਕੀਤਾ ਵਾ ਹਾਂਜੀ ਬਾਹਰ ਆਪਾਂ ਗੋਜਰੇ ਵੀ ਕੀਤਾ ਸ਼ੌਕ ਟੋਬੇ ਵੀ ਕੀਤਾ ਬਾਹਰ ਅੰਦਰ 2023 ਚ ਜੀ 23 ਚ ਟੋਬੇ ਵੀ ਕੀਤਾ ਗੋਜਰੇ ਵੀ ਕੀਤਾ ਇਹ ਗੋਜਰੇ ਜਿਹੜਾ ਤੁਸੀਂ ਛੱਡਦੇ ਸੀ ਉਹਦਾ ਕੋਈ ਨਾਮ ਦੱਸੋ ਮੁੰਡੇ ਦਾ ਉੱਥੇ ਕਿੰਨੇ ਪੁਆਇੰਟ ਛੱਡੇ ਉੱਥੇ ਚੋਰੀ ਬਲਾਵਲ ਹੈ ਮੁੰਡਾ ਸੌਦੀਆ ਹੁੰਦਾ ਉਹਦਾ ਛੋਟਾ ਭਾਈ ਇੱਥੇ ਹੁੰਦਾ ਅੱਛਾ ਜੀ ਠੀਕ ਉਹ ਕਣੀਆਂ ਦੇ ਵਿੱਚ ਉਹਦਾ ਫੋਨ ਆਇਆ ਗਿਆ ਕਬੂਤਰ ਛੱਡ 370 ਕਣੀਆਂ ਗੋਜਰੇ ਪਿੰਡ ਹੈ 5000 ਮੁੱਢਦੇ ਸੀ ਦੜਾ ਸੀ ਉੱਥੇ ਹਾਂਜੀ ਜਿਹੜੀ ਕਬੂਤਰੀ ਆਪਾਂ ਛੱਡੀ ਸੀ ਉਹਦੀ ਇੱਕ ਲੱਤ ਹੀ ਹੈ ਨਹੀਂ ਸੀਗੀ ਇੱਕ ਲੱਤ ਯਾਨੀ ਕਿ ਮੁੱਢੋਂ ਹੀ ਹੈ ਨਹੀਂ ਸੀ ਬਿੱਲੀ ਨੇ ਕੱਢਤੀ ਸੀ ਗੋਡੇ ਦੇ ਕੋਲ ਹੈ ਨਹੀਂ ਸੀ ਟੁੱਟੀ ਹੋਈ ਸੀ ਕੱਟੀ ਹੋਈ ਸੀ ਅੱਛਾ ਜੀ
ਉਹ ਕਬੂਤਰੀ ਆਪਣੀ ਤਕਰੀਬਨ 5 ਕੁ ਵਜੇ ਵਧੀ ਆ ਉੱਥੇ ਉਹ ਛੱਡੀ ਸੀਗੀ ਆਪਾਂ ਪਹਿਲੇ ਦਿਨ ਹੀ ਸਤਾ ਜੀ ਪਹਿਲੇ ਦਿਨ ਹੀ ਗਰਮੀ ਬੜੀ ਸੀ ਇਹ ਜੇਠ ਵਿੱਚ ਜਾਂ ਵਿਸਾਖ ਜੇਠ 'ਚ ਅੱਛਾ ਜੇਠ ਵਿੱਚ ਜੇਠ ਦੇ ਵਿੱਚ ਉਹ ਕਿੰਨੇ ਕਬੂਤਰ ਉੱਡੇ ਸੀ ਉੱਥੇ ਜੀ ਉੱਥੇ ਕਬੂਤਰ ਉੱਡੇ ਸੀ ਕੋਈ 30 ਤੋਂ 35 ਕਬੂਤਰ ਪੱਕੇ ਸੀ ਅੱਛਾ ਅੱਛਾ ਉਸ ਤੋਂ ਬਾਅਦ ਤੁਸੀਂ ਫਿਰ ਟੋਬੇ ਆਪਣਾ ਗੋਜਰੇ ਵੀ ਸ਼ੌਕ ਟੋਬੇ ਵੀ ਕਰਦੇ ਰਹੇ ਹਾਂਜੀ ਟੋਬੇ ਆ ਹਿਟਲਰ ਕਬੂਤਰ ਆਪਣਾ ਹਾਂਜੀ ਉਹ ਤਕਰੀਬਨ 3-4 ਸਾਲ ਤੋਂ ਆਪਣਾ ਵਿਨਰ ਆ ਰਿਹਾ ਕਬੂਤਰ ਹਿਟਲਰ ਅੜਾ ਰਹੇ ਆ ਉਹ ਸਤਾ ਜੀ ਇੱਥੋਂ ਘਰੋਂ ਹੀ ਲਗਾਏ ਸੀ ਆ ਇੱਥੇ ਹੀ ਆ ਕਬੂਤਰ ਦੇ ਨਾਲ ਅੱਛਾ ਜੀ ਦੋਸਤੋ ਤੁਹਾਨੂੰ ਆਪਣਾ ਭਾਈ ਸਦਬ ਹੁਣਾਂ ਦੇ ਕਬੂਤਰਾਂ ਦਾ ਵੀ ਸ਼ੌਕ ਕਰਵਾਵਾਂਗੇ ਵੀਡੀਓ ਜਿਹੜੀ ਆ ਮੁਕੰਮਲ ਦੇਖਿਆ ਕਰੋ ਵੀਡੀਓ ਨੂੰ ਕੱਟਿਆ ਨਾ ਕਰੋ ਅੱਛਾ ਭਾਈ ਸਦਬ ਕਬੂਤਰਬਾਜ਼ੀ ਤੁਸੀਂ ਮਾਸ਼ਾਅੱਲਾ ਅੱਛੀ ਕਰਦੇ ਆ 2024 ਲਈ ਤੁਹਾਡੀ ਕੀ ਤਿਆਰੀ ਆ 2024 ਲਈ ਮਾਸ਼ਾਅੱਲਾ ਆਪਣੀ 41 ਡੋਗਰਾਂ ਵਾਲੀ ਵੀ ਐਂਟਰੀ ਆ ਅੱਛਾ ਜੀ ਠੀਕ ਆ 2024 ਦੀ ਮਾਸ਼ਾਅੱਲਾ ਉੱਥੇ ਕਬੂਤਰ ਗਏ ਹੋਏ ਆ 10-12 ਭੇਜੇ ਹੋਏ ਆ 41 'ਚ ਅੱਛਾ ਜੀ ਅਤੇ ਬਾਕੀ ਆ ਇੱਥੇ ਆਪਣੇ ਕੋਲ ਪਏ ਨੇ ਉੱਥੇ 41 ਚੱਕ ਜਿਹੜੀ ਆ ਉੱਥੇ ਕਿਹੜੇ ਮੁੰਡੇ ਆ ਜੀ ਆਪਣਾ ਜਿਹੜੇ ਉਹਨਾਂ ਨੂੰ ਗੁਜਾਉਂਦੇ ਆ ਉੱਥੇ ਛੋਟਾ ਭਾਈ ਆ ਮੇਰੇ ਤੋਂ ਛੋਟਾ ਹਸਨ ਅਲੀ ਕਿੰਨੇ ਕੁ ਬੱਚੇ ਉੱਥੇ ਲਾ ਲਏ ਤੁਸੀਂ ਉੱਥੇ ਤਕਰੀਬਨ ਲਾਏ ਕੋਈ ਨਹੀਂ ਬਣ ਰਹੇ ਹਜੇ 10-12 ਬੱਚੇ ਸਹੀ ਹੋ ਗਿਆ ਅੱਛਾ ਇੱਥੇ 2024 ਲਈ ਆਪਣਾ ਕਿੰਨੇ ਪੁਆਇੰਟ ਰੱਖਤੇ ਆ ਸੁੱਧੂਪੁਰੇ ਜਾਂ ਕੋਈ ਨੇ ਪੁਆਇੰਟ ਕੋਈ ਨਹੀਂ ਰੱਖਿਆ ਗਿਆ ਆਪਣਾ ਇੱਥੇ ਅੱਛਾ ਜੀ ਅਤੇ ਇੱਕ ਘਰ ਨਾਲ ਬਾਜ਼ੀਆਂ ਆਪਣੀਆਂ ਪਈਆਂ ਇੱਥੇ ਹਰ ਕਿਸੇ ਦੀਆਂ 2024 ਦੀ ਹਾਂ 24 ਦੀਆਂ ਪੁਆਇੰਟ ਹੋਇਆ ਤੇ ਮਾਸ਼ਾਅੱਲਾ ਇਨਸ਼ਾਅੱਲਾ ਜ਼ਰੂਰ ਹਿੱਸਾ ਲਵਾਂਗੇ ਪੁਆਇੰਟ ਇੱਥੇ ਆਰ ਕੀ ਨਹੀਂ ਹੋਇਆ ਬਾਜ਼ੀਆਂ ਜਿਹੜੀਆਂ ਲੱਗੀਆਂ ਵਾ ਤੁਹਾਡੀਆਂ ਕਿਹੜੇ ਘਰ ਨਾਲ ਲੱਗੀਆਂ ਕੀ ਮੁੜਦੀਆਂ ਵਾ 20,000 ਮੁੜਦੀਆਂ ਬਾਜ਼ੀਆਂ ਜੀ ਅੱਛਾ ਜੀ ਉਹ ਇੱਥੇ ਇੱਕ ਰਾਣਾ ਗੋਗੀ ਆ ਹਾਂਜੀ ਉਹਦੇ ਨਾਲ ਬਾਜ਼ੀਆਂ ਆਪਣੀਆਂ ਲੱਗੀਆਂ ਸਹੀ ਉਹਨੇ ਚੈਲੇਂਜ ਕੀਤਾ ਸੀ ਇੱਕ ਫੇਸਬੁੱਕ ਤੇ ਚੜਾਇਆ ਸੀ ਸਿੱਧੂਪੁਰ ਚ ਜਿਹੜੇ ਚੈਲੇਂਜ ਚੈਂਪੀਅਨ ਅੱਛਾ ਜਿਹੜੇ 2023 ਦੇ ਚੈਂਪੀਅਨ ਆ ਭਾਈ ਉਹਨਾਂ ਨਾਲ ਅਸੀਂ ਸ਼ੌਕ ਕਰਨਾ ਚਾਹੁੰਦੇ ਹਾਂ ਹਾਂਜੀ ਅਸੀਂ ਚਲੇ ਗਏ ਭਾਈ ਤੁਸੀਂ ਉਹਨਾਂ ਨੂੰ ਵੈਲਕਮ ਕਿਹਾ ਜੀ ਹਾਂ ਵੈਲਕਮ ਕਿਹਾ ਅੱਛਾ ਭਾਈ ਸਦਬ ਕਿੰਨੀਆਂ ਤੁਹਾਡੀਆਂ ਉਹਨਾਂ ਨਾਲ 10 ਬਾਜ਼ੀਆਂ ਲੱਗੀਆਂ 10 ਬਾਜ਼ੀਆਂ ਲੱਗੀਆਂ ਤੇ ਕੀ ਉਹਨਾਂ ਦਾ 20,000 ਮੋਢਾ 20,000 ਮੋਢਾ ਤੇ ਰੋਜ਼ ਦੀ ਬਾਜ਼ੀ ਆ ਚੌਥੇ ਦਿਨ ਬਾਜ਼ੀ ਖੁੱਲੀਆਂ ਜਾਂ ਘਰ ਘਰ ਦੀਆਂ ਘਰ ਘਰ ਦੀਆਂ ਸਹੀ ਉਧਰੋਂ ਇਧਰੋਂ ਤੁਹਾਡੀ ਛੱਤ ਆ ਜਿੱਥੇ ਆਪਾਂ ਬੈਠੇ ਆ ਜਿੱਥੇ ਆਪਾਂ ਬੈਠੇ ਇੱਥੋਂ ਤੇ ਉਧਰੋਂ ਉਹਨਾਂ ਦੀ ਗੋਗੀ ਦੀ ਛੱਤ ਹਾਂਜੀ ਉਧਰੋਂ ਉਹਨਾਂ ਦੀ ਘਰ ਸਹੀ ਹੋ ਗਿਆ ਅੱਛਾ ਕੋਈ ਹੋਰ ਕੁਝ ਆਪਣਾ ਕੋਈ ਮੈਸੇਜ ਤੁਸੀਂ ਭਾਈ ਸਦਬ ਕੋਈ ਦੇਣਾ ਚਾਹੁੰਦੇ ਹੋਵੋ ਕੋਈ ਕਬੂਤਰਬਾਜ਼ੀ ਦੇ ਮੁਤਲਕ ਤੁਸੀਂ ਆਪਣਾ ਸ਼ਬਾਜਪੁਰੇ ਵੀ ਦੋਸਤੋ ਆਪਣਾ ਸਦਬ ਭਾਈ ਹੁਣਾਂ ਨੇ ਮੈਨੂੰ ਯਾਦ ਆ ਗਿਆ ਅਸੀਂ ਵੀ ਉੱਥੇ ਕਬੂਤਰ ਛੱਡਿਆ ਸੀ ਸਾਡਾ ਵੀ ਹਰ ਗਿਆ ਸੀ ਬਾਕੀ ਸਦਬ ਭਾਈ ਹੁਣਾਂ ਨੇ ਵੀ ਛੱਡਿਆ ਸੀ ਇਹਨਾਂ ਕੋਲ ਵੀ ਪੁੱਛਦੇ ਹਾਂ ਉੱਥੇ ਕੀ ਰਿਜ਼ਲਟ ਰਿਹਾ ਅੱਛਾ ਭਾਈ ਤੁਸੀਂ 2023 ਦੇ ਵਿੱਚ ਸ਼ਬਾਜਪੁਰੇ ਬੜੇ ਅੱਛੇ ਪੁਆਇੰਟ ਉੱਡੇ ਆ ਹਾਂਜੀ ਉੱਥੇ ਤੁਸੀਂ ਬੱਚਾ ਛੱਡਿਆ ਸੀ ਉਹਦਾ ਕੀ ਰਿਜ਼ਲਟ ਰਿਹਾ ਉਹ ਆਪਣੇ ਆਸਾਨ ਭਾਈ ਬੈਠੇ ਆ ਅੱਛਾ ਜੀ ਇਹਨਾਂ ਨੇ ਛੱਡਿਆ ਸੀ ਯਾਨੀ ਕਿ ਇਕੱਠੇ ਅਸੀਂ ਸ਼ੌਕ ਸਾਡਾ ਹਰ ਚੀਜ਼ ਸਾਡੀ ਇਕੱਠੀ ਆ ਹਾਂਜੀ ਦਵਾਈ ਪਾਣੀ ਦਾ ਇਹਨੂੰ ਵੀ ਪਤਾ ਮੈਨੂੰ ਵੀ ਪਤਾ ਜਿਹੜਾ ਅਸੀਂ ਜਿਹੜਾ ਵੀ ਦਿੰਦੇ ਹਾਂ ਹਾਂਜੀ ਉੱਥੇ ਛੱਡਿਆ ਸੀ ਬੱਚਾ ਸੀਗਾ ਪਰ ਦਾ ਜਾਂ 2-2 ਪਰ ਦਾ ਹੋਣਾ ਆ ਅੱਛਾ ਜੀ ਗਰਮੀ ਵੀ ਚੰਗੀ ਸੀਗੀ 10,000 ਮੁੱਢ ਦਾ ਪੁਆਇੰਟ ਸੀ ਗੱਲ ਹਾਂਜੀ ਅਤੇ ਕਬੂਤਰ ਉੱਥੇ ਰਹਿ ਗਏ ਸੀ ਆਖਰੀ ਜਿਹੜਾ ਥੱਲੇ ਘੁੱਟ ਖਾ ਰਿਹਾ ਸੀ ਇੱਕ ਹਾਂਜੀ ਅਤੇ ਅਲੀ ਭਾਈ ਹੁਣੇ ਗਏ ਆ ਉੱਥੇ ਅਤੇ ਉਹਦੇ ਮੁਖਾਲਫ ਜਿਹੜਾ ਘੁੱਟ ਖਾ ਰਿਹਾ ਸੀ ਉਹ ਕਹਿੰਦੇ ਸੀ ਬਰਾਬਰ ਕਰ ਲਓ ਅੱਛਾ ਵੀ ਸਾਂਝੇ ਕਰ ਲਈਏ ਅਤੇ ਦੋ ਕਬੂਤਰ ਜਿਹੜੇ ਘੁੱਟ ਖਾ ਰਹੇ ਸੀ ਬੱਚਾ ਆਪਣਾ ਸਹੀ ਫਿਰਦਾ ਸੀ ਇਹ ਕੀ ਮੁੱਢ ਸੀ ਭਾਈ ਸਦਬ ਉਹ ਦੜਿਆਂ ਦਾ 10,000 ਰੁਪਇਆ 10,000 ਮੁੱਢ ਸੀ ਕਿੰਨੇ ਕੁੱਟ ਗਏ ਸੀ ਉਹਦੇ ਉੱਥੇ ਕਬੂਤਰ ਕਬੂਤਰ ਕਿੰਨੇ ਉੜੇ 40 ਕਬੂਤਰ ਸੀ ਯਾਨੀ ਕਿ 4,00,000 ਦਾ ਸੀ 4,00,000 ਦਾ ਹੈਗਾ ਅੱਛਾ ਜੀ ਅਤੇ ਉਹ ਘੁੱਟ ਖਾ ਰਹੇ ਇਹ ਗਏ ਅਤੇ ਇਹਨਾਂ ਨੂੰ ਜਿਸ ਘਰ ਆਪਣਾ ਸ਼ੌਕ ਹੈ ਜਿਹਨਾਂ ਨਾਲ ਭਾਈ ਤਨਵੀਰ ਆ ਹਾਂਜੀ ਉਹ ਤਨਵੀਰ ਸਿਪਾਹੀ ਫੌਤ ਹੋ ਗਿਆ ਅੱਲਾ ਤਾਲਾ ਉੱਥੇ ਸ਼ਬਾਜਪੁਰ ਸ਼ਬਾਜਪੁਰ ਦੇ ਅੱਛਾ ਜੀ ਬਹੁਤ ਅੱਛਾ ਆਦਮੀ ਸੀ ਉਸ ਘਰ ਦੇ ਵਿੱਚੋਂ ਯਾਨੀ ਕਿ ਆਪਾਂ ਸ਼ੌਕ ਕਰਦੇ ਹਾਂ ਹਾਂਜੀ ਉਹਨਾਂ ਨਾਲ ਤਾਂ ਆਪਣਾ ਯਾਨੀ ਕਿ ਸ਼ੌਕ ਇਕੱਠਾ ਉਹ ਘੁੱਟ ਖਾ ਰਹੇ ਸੀ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ ਬਰਾਬਰ ਕਰ ਲਈਏ ਕਹਿੰਦਾ ਇਹ ਇਹਨਾਂ ਨੇ ਕਿਹਾ ਨਹੀਂ ਜੀ ਇਹ ਘੁੱਟ ਖਾ ਰਹੇ ਆ ਅੱਛਾ ਜੀ ਆਪਾਂ ਇਹਨਾਂ ਨਾਲ ਗੱਲ ਹੀ ਬਰਾਬਰ ਕਰਨੀ ਉਹਨਾਂ 'ਚੋਂ ਇੱਕ ਘੁੱਟ ਖਾਂਦਾ ਜਿਹੜਾ ਉਹਦੇ ਬੱਚੇ ਨਾਲ ਲੱਗ ਗਿਆ ਹਾਂਜੀ ਠੀਕ ਹੈ ਉਹਨਾਂ ਨੇ ਚੱਕਰ ਮਾਰਿਆ ਉਹ ਬੰਦ ਹੋ ਗਏ ਦੋਨਾਂ ਨੇ ਅੱਛਾ ਜੀ ਇਹ ਥੱਲੇ ਵਾਲਾ ਜਿਹੜਾ ਬਹਿ ਗਿਆ ਉਹਨਾਂ ਦਾ ਟਾਈਮ ਲੱਗ ਗਿਆ ਹਾਂਜੀ ਉਹ ਥੱਲੇ ਬੈਠਣ ਵਾਲਾ ਜਿੱਤ ਗਿਆ ਉਹ ਯਾਨੀ ਕਿ ਆਪਣੇ ਵਾਲਾ ਨਾਲ ਦੇ ਪਿੰਡ ਜਾ ਕੇ ਖੜ ਗਿਆ ਸੀ ਬੱਚਾ ਤਕਰੀਬਨ 4:30 ਵਜੇ 4:45 ਵਜੇ ਹਾਰ ਜਿੱਤ ਹੋ ਗਈ ਆ ਬੱਚਾ ਆਪਣਾ ਬੈਠਾ 6:30 ਵਜੇ ਨਾਲ ਦੇ ਪਿੰਡ ਫਿਰ ਲੈ ਆਉਂਦਾ ਸੀ ਉੱਥੋਂ ਨਹੀਂ ਦਿੱਤਾ ਨਹੀਂ ਹੈਗਾ ਉਹਨਾਂ ਨੇ ਯਾਨੀ ਕਿ ਇੱਧਰ ਉੱਧਰ ਗੇੜੇ ਗੁੜੇ ਕਰਾਉਂਦੇ ਰਹੇ ਆ ਸਾਨੂੰ ਅੱਛਾ ਵੀ ਯਾਨੀ ਕਿ ਉਹਨਾਂ ਨੇ ਦੱਬ ਲਿਆ 6:30 ਵਜੇ ਉਹਨਾਂ ਨੇ ਦੱਸਿਆ ਅਸੀਂ ਫੜਿਆ ਬੱਚਾ ਲਾਇਆ ਢਾਂਗੀ 'ਤੇ ਅੱਛਾ ਆਪਣਾ ਭਾਈ ਸਦਬ ਜਿਹੜੀ ਕਬੂਤਰਬਾਜ਼ੀ ਤੁਸੀਂ ਕਰਦੇ ਆ ਹਾਂਜੀ ਆ ਗੋਲੀਆਂ ਅੱਜ ਕੱਲ੍ਹ ਤੁਹਾਨੂੰ ਪਤਾ ਮੈਡੀਸਨ ਲੱਗਦੀ ਆ ਹਰ ਬੰਦਾ ਮੈਡੀਸਨ ਲਿਆਉਂਦਾ ਵਾ ਕਬੂਤਰ ਨੂੰ ਮਾਰਦਾ ਤੁਸੀਂ ਮੈਡੀਸਨ 'ਤੇ ਛੱਡਦੇ ਆ ਜਾਂ ਮਿਕਸ ਕੀਤੀ ਆ
ਨਹੀਂ ਜੀ ਜਿਹੜੇ ਜਿਹੜੇ ਸਾਡੇ ਆਪਣੇ ਜਾਨਵਰ ਆ ਘਰ ਦੇ ਆ ਜਿਹੜੇ ਹਾਂਜੀ ਜਾਲੀ ਵਾਲੇ ਘਰ ਦੇ ਜਾਂ ਮੇਰੇ ਘਰ ਦੇ ਆ ਸਾਨੂੰ ਉਹਨਾਂ ਦਾ ਪਤਾ ਉਹ ਸਾਡੇ ਉੜਦੇ ਦੇਸੀ ਦੇ ਅੱਛਾ ਜੀ ਮੈਡੀਸਨ ਲਾਵਾਂਗੇ ਅਸੀਂ ਭੱਜ ਜਾਂਦੇ ਆ ਅੱਛਾ ਪਿਓਰ ਦੇਸੀ ਆ ਜਾਂ ਵਿੱਚ ਕੋਈ ਮਿਲਾਵਟ ਕਰਦੇ ਆ ਨਹੀਂ ਪਿਓਰ ਦੇਸੀ ਆ ਅੱਛਾ 8 ਦਿਨ ਉੜੇ ਆਪਣੇ ਇੱਥੇ ਕਬੂਤਰ ਸਿੱਧੂਪੁਰ ਚ ਇਹ 2023 ਜੀ ਜਾਂ ਪਿੱਛੇ 2020 ਚ ਟੋਟਲ ਦੇਸੀ ਗੋਲੀ ਸੀ ਉਹਨਾਂ ਨੂੰ ਹਾਂਜੀ ਉਹ ਆਪਣੇ ਕੋਲ ਇੱਥੋਂ ਨੂੰ ਉਹਦਾ ਸ਼ੌਕ ਕਰਾਵਾਂਗੇ ਇੱਥੇ ਕਬੂਤਰੀ ਪਈ ਹੈ ਜਿਹੜੀ 8 ਦਿਨ ਉੱਡੀ ਹੈ ਅੱਛਾ ਜੀ ਚੌਥੇ ਜਾਂ ਪੰਜਵੇਂ ਦਿਨ 8 ਦਿਨ ਉੜੇ ਚੌਥੇ ਜਾਂ ਪੰਜਵੇਂ ਦਿਨ ਕਬੂਤਰੀ ਆਪਣੀ ਰਾਤ ਰਹਿ ਗਈ ਅੱਛਾ ਜੀ ਸੁਬਾਹ ਆਈ ਹੈ ਤਕਰੀਬਨ 6 ਵਜੇ 6:30 6:15 ਇੰਨੇ ਵਜੇ ਆ ਗਈ ਹੈ ਹਾਂਜੀ ਘੰਟਾ ਟਾਈਮ ਦਾ ਮਿਲਿਆ ਸੀ ਸਾਂਭ ਕੇ ਛੱਡੀ ਹੈ ਦੋ ਉੜਦੇ ਸੀ ਅੱਛਾ ਜੀ ਨਾਲ ਦਾ ਜਿਹੜਾ ਬਹਿ ਗਿਆ ਸੀਗਾ ਕਬੂਤਰ ਹਾਂਜੀ ਕਬੂਤਰੀ ਰਾਤ ਰਹਿ ਗਈ ਸੀ ਕਬੂਤਰੀ ਘੰਟਾ ਸਾਂਭ ਕੇ ਛੱਡੀ ਅਸੀਂ ਹਾਂਜੀ ਕਬੂਤਰੀ ਬਹਿੰਦੀ ਰਾਤ ਨੂੰ 8 ਵਜੇ ਸੀ ਨੇਰੇ 'ਚ ਨੇਰੇ 'ਚ ਬਹਿੰਦੀ ਘਰ ਹੀ ਸੀ ਘਰ ਬਹਿੰਦੀ ਸੀ ਟਾਂਗੀ 'ਤੇ ਲਾਈਟਾਂ ਲਾਈ ਦੀਆਂ ਸੀ ਇਸੇ ਪਿੰਡ 'ਚ ਆਪਣੇ ਸਿੱਧੂਪੁਰ 'ਚ 8ਵੇਂ ਦਿਨ ਜਾਣੀ ਕਿ ਉਦਣ ਵੀ ਉਸ ਕਬੂਤਰੀ ਨੇ ਜਿੱਧਰ ਰਾਤ ਰਹੀ ਹੈ ਅਗਲੇ ਦਿਨ ਵੀ ਉਹਨੇ ਕਬੂਤਰੀ ਨੇ ਹਨੇਰਾ ਕੀਤਾ ਉਸੀ ਟਾਈਮ 'ਤੇ ਬੈਠੀ ਆਪਣੇ 'ਤੇ ਅੱਛਾ ਜੀ ਜਾਣੀ ਕਿ ਜਿੰਨੇ ਵਜੇ ਬਹਿ ਜਾਣਗੇ ਤਕਰੀਬਨ 8ਵੇਂ ਦਿਨ ਜਾ ਕੇ ਕਬੂਤਰੀ ਆਪਣੀ ਨਾ ਜੋੜੀ ਜਿਹੜੀ ਹੈ ਹਾਂਜੀ ਇਹ ਵਿਨ ਹੋਈ ਸੀ ਸਿੱਧੂਪੁਰ ਜਾਣੀ ਕਿ ਰਿਕਾਰਡ ਜਿਹੜਾ ਇਹ ਜੇਠ ਦਾ ਜੇਠ ਦੇ ਵਿੱਚ ਉੱਡੇ ਆ ਰਿਕਾਰਡ ਇਹਨਾਂ ਦੋਨਾਂ ਦਾ ਕਬੂਤਰੀ ਕਬੂਤਰ ਦਾ ਲੱਗਿਆ ਬਿਲਕੁਲ ਅੱਛਾ 8ਵੇਂ ਦਿਨ ਤੁਸੀਂ ਵਿਨ ਹੋਏ ਕੀ ਮੁੱਢ ਦਾ ਪੁਆਇੰਟ ਸੀ ਉਹ ਭਾਈ ਸਿੱਧੂ ਉਹ 5000 ਮੁੱਢ ਦਾ ਜੀ 5000 ਮੁੱਢ ਦਾ ਸੀ ਕਿੰਨੇ ਕਬੂਤਰ ਉਹਦੇ 'ਚ ਹੋ ਜਾਂਦੇ ਸੀ ਟੋਟਲ 40 ਤੋਂ 42 ਕਬੂਤਰ ਹੋ ਜਾਂਦੇ ਸੀ 42 ਅੱਛਾ ਭਾਈ ਸਾਹਿਬ ਮੈਂ ਇੱਕ ਦੇਖਿਆ ਵਾ ਅਕਸਰ ਆਸੇ ਪਾਸੇ ਦੇ ਜਿਹੜੇ ਆਪਣੇ ਪਿੰਡ ਆ ਨਾ ਫੈਸਲਾਬਾਦ ਦੇ ਹਾਂਜੀ ਇਹ 2023 ਵਿੱਚ ਤੇ ਖਾਸ ਏਡੀ ਗਰਮੀ ਨਹੀਂ ਪਈ ਹਾਂਜੀ 2022 ਦੇ ਵਿੱਚ ਕੜਾਕੇ ਦੀ ਗਰਮੀ ਪਈ ਆ ਤੇ ਚੇਤਰ ਦੇ ਵਿੱਚ ਹੀ ਲੂਹੇ ਲੱਗ ਗਏ ਤੇ ਅਸੀਂ ਦੇਖਿਆ ਅਕਸਰ ਪਿੰਡਾਂ ਦੇ ਵਿੱਚ ਹਾਰ ਜੇ ਤਾਂ ਟਾਈਮ ਨਾਲ ਹੋ ਜਾਂਦੀ ਸੀ ਜੇ 4 ਵਜੇ ਹੋਈ ਤੁਹਾਡੇ ਸਿੱਧੂਪੁਰ ਵੀ ਮੈਂ ਖੁਦ ਆ ਕੇ ਪੁਆਇੰਟ ਦੇਖੇ ਆ ਦੇਖੇ ਇੱਥੇ ਬੜੀ ਲੰਮੀ ਹਾਰ ਜਿੱਤ ਹੋਈ ਆ ਹਾਂਜੀ ਉਹਦੀ ਕੀ ਵਜੂਹਾਤ ਆ ਇੱਥੇ ਇੱਕ ਤਾਂ ਸਿੱਧੂਪੁਰ ਦੇ ਕਬੂਤਰ ਅੱਛੇ ਆ ਲੋਕਾਂ ਕੋਲ ਹਾਂਜੀ ਉਹ ਸ਼ਿਕਾਰ ਜਿਹੜਾ ਸਾਰਿਆਂ ਦੇ ਕੋਲ ਜਾਣੀ ਕਿ ਆਪਣਾ ਹੀ ਆ ਅੱਛਾ ਜੀ 22 ਦੇ ਵਿੱਚ ਜਾਣੀ ਕਿ ਜਿਹੜੀ ਕਬੂਤਰੀ ਆਪਣੀ ਵਿਨ ਹੋਈ ਐਂਡ 'ਤੇ ਜਾ ਕੇ ਅੱਛਾ ਜੀ ਫਰੀ ਮੋਟਰਸਾਈਕਲ ਸੀਗਾ ਉਹ ਆਪਣਾ ਫਰੀ ਮੋਟਰਸਾਈਕਲ ਪਹਿਲਾ ਪੁਆਇੰਟ ਸੀ ਆਖਰੀ ਪੁਆਇੰਟ ਸੀਗਾ ਆਪਣੀ ਐਂਟਰੀ ਨਹੀਂ ਸੀ ਲਈ ਹੈਗੀ ਪਿਛਲੇ ਸਾਲ 22 ਦੇ ਵਿੱਚ ਪੁਆਇੰਟ ਕਿਹਨੇ ਕਰਾਇਆ ਸੀ ਉਸਤਾਦ ਜੀ ਉਹ ਪੁਆਇੰਟ ਹੈ ਮੇਰਾ ਕਜ਼ਨ ਖਾਲਾ ਦਾ ਬੇਟਾ ਆ ਉਹਨੇ ਕਰਾਏ ਸੀਗੇ ਅੱਛਾ ਜੀ ਰਾਣਾ ਮੁਜਾਹਦ ਬੱਗੀ ਰਾਣਾ ਮੁਜਾਹਦ ਠੀਕ ਹੈ ਅੱਛਾ ਜੀ ਅਤੇ ਸਾਡੀ ਐਂਟਰੀ ਕੋਈ ਨਹੀਂ ਸੀ ਲਈ ਹੈਗੀ ਅੱਛਾ ਜੀ ਇਸ ਲਈ ਫਿਰ ਅਸੀਂ ਉਹ ਮੁੰਡਾ ਮੇਰਾ ਰਿਸ਼ਤੇਦਾਰ ਹੀ ਆ ਹਾਂਜੀ ਉਹਨੇ ਕਿਹਾ ਯਾਰ ਮੇਰੀ ਆ ਕਬੂਤਰੀ ਛੱਡ ਦੇ ਅਸੀਂ ਉਹ ਕਬੂਤਰੀ ਛੱਡੀ ਹੈ ਹਾਂਜੀ ਉਹ ਕਬੂਤਰੀ ਨੇ ਮਾਸ਼ਾਅੱਲਾ ਪੁਆਇੰਟ ਤੁੰਨ ਕੇ ਵਿਨ ਕੀਤਾ ਅੱਛਾ ਜੀ ਅਤੇ ਫਰੀ ਮੋਟਰਸਾਈਕਲ ਸੀ ਉਹ 'ਚ ਨਾ ਆਖਰੀ ਮੋਟਰਸਾਈਕਲ ਹਾਂਜੀ ਉਹਦੇ ਥੱਲੇ ਜਿਹੜਾ ਕਬੂਤਰ ਹਰਿਆ ਤੁਹਾਡੀ ਕਬੂਤਰੀ ਥੱਲੇ ਉਹ ਕਿਹਦਾ ਸੀ ਉਹ ਰਾਣਾ ਆਸਫ ਹੈ ਭੱਠੇ ਵਾਲਾ ਅੱਛਾ ਭੱਠੇ ਵਾਲੇ ਰਾਣਾ ਆਸਫ ਹਾਂਜੀ ਠੀਕ ਹਾਂਜੀ ਅੱਛਾ ਭਾਈ ਤੁਸੀਂ ਕਦੀ ਮੋੜ ਦੇ ਵਿੱਚ ਆਪਣਾ ਵੱਧ ਤੋਂ ਵੱਧ ਜੇਠ ਦੇ ਵਿੱਚ 8 ਦਿਨ ਤੁਸੀਂ ਦੱਸਿਆ ਕਿ ਕਬੂਤਰ ਉਡਾਏ ਹਾਂਜੀ 8 ਦਿਨ ਤੋਂ ਕਦੀ ਜ਼ਿਆਦਾ ਵੀ ਕਬੂਤਰ ਤੁਸੀਂ ਮੋੜ ਦੇ ਵਿੱਚ ਛੱਡੇ ਆ ਨਹੀਂ ਜੀ 8 ਦਿਨ ਹੀ ਇਹੀ ਹੈ ਫਾਈਨਲ 8 ਦਿਨ ਤੁਸੀਂ ਧੁੰਨ ਕੇ ਉਡਾਏ ਧੁੰਨ ਕੇ ਉਡਾਏ ਜੀ ਅਤੇ ਰਾਤ ਨੂੰ ਬਹਿੰਦੇ ਸੀ ਅੱਛਾ ਭਾਈ ਸਦਫ ਇਹ ਜਿਹੜੀ ਕਬੂਤਰਬਾਜ਼ੀ ਆ ਮੋੜ ਦੇ ਵਿੱਚ ਤੁਸੀਂ ਕਬੂਤਰ ਤਿਆਰ ਕਰਦੇ ਸੀ ਹਾਂਜੀ ਉਹ ਮੋੜ ਤੁਸੀਂ ਆਪਣੇ ਵਾਲਾ ਸਾਹਿਬ ਵਾਲਾ ਹੀ ਇਸਤੇਮਾਲ ਕਰਦੇ ਹਾਂਜੀ ਉਹੀ ਵਾਲਾ ਸਾਹਿਬ ਵਾਲਾ ਉਸਤਾਦ ਬਾਦੀ ਹੈ ਚੌਥੀ ਚੱਕ ਦਾ ਅੱਛਾ ਉਹਦੇ ਵਾਲਾ ਹੀ ਮੋੜ ਆ ਸਾਡੇ ਸਹੀ ਹੋ ਗਿਆ ਕੋਈ ਹੋਰ ਕੋਈ ਮੈਸੇਜ ਕੋਈ ਨਾਲ ਆਪਣਾ ਬੈਠੇ ਆ ਸਾਡੇ ਵੀਰ 230 ਰੇਬੇ ਚੋਲੇ ਤੋਂ ਇਹ ਆਪਣਾ ਕੋਈ ਵੀਰਾਂ ਨੇ ਕੋਈ ਕਿਤੇ ਬਾਜੀਆਂ ਕੋਈ ਪੁਆਇੰਟ ਛੱਡੇ ਹੋਣ ਇਹ ਪਹਿਲੇ ਸਾਲ ਹੀ ਸ਼ਗਿਰਦ ਹੋਇਆ ਸੀ ਮੇਰਾ ਅੱਛਾ ਜੀ ਬਾਕੀ ਇਹਦੇ ਕੋਲ ਪੁੱਛ ਲਓ ਵੀ ਕੋਈ ਤੁਸੀਂ ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਹੋਵੋ ਕੋਈ ਕਬੂਤਰਬਾਜ਼ੀ ਦੇ ਮਤਲਬ ਕੋਈ ਚੜ੍ਹਦੇ ਪੰਜਾਬ ਵਾਲੇ ਸਾਡੇ ਵੀਰ ਆ ਅੱਛਾ ਆਪਣਾ ਸਾਦਾ ਭਾਈ ਮੈਨੂੰ ਗੱਲ ਯਾਦ ਆ ਗਈ ਗੱਲ ਤੋਂ ਜਿਹੜੇ ਚੜ੍ਹਦੇ ਪੰਜਾਬ ਵਾਲੇ ਵੀਰ ਆ ਨਾ ਉਹ ਕਾਫੀ ਜ਼ਿਆਦਾ ਮੈਨੂੰ ਕਮੈਂਟ ਵੀ ਕਰਦੇ ਆ ਕਾਲਾਂ ਵੀ ਕਰਦੇ ਆ ਉਹ ਠੰਡੇ ਕਬੂਤਰ ਬਹੁਤ ਉਡਾਉਂਦੇ ਆ ਕੋਈ ਹੈ ਤੁਹਾਨੂੰ ਕੋਈ ਥੋੜ੍ਹਾ ਜਿਹਾ ਆਈਡੀਆ ਕਿ ਉਹ ਠੰਡੇ ਕਬੂਤਰ ਉਹ ਕਹਿੰਦੇ ਅਸੀਂ ਛੱਡਦੇ ਹਾਂ ਪਿੰਡ ਦੇ ਵਿੱਚ ਨਾ ਵੀ ਜੇ ਆਪਣਾ ਪਿੰਡ ਆ ਸਿੱਧੂਪੁਰਾ ਵਾ ਹਾਂਜੀ ਆਪਾਂ ਜਾ ਕੇ ਨਾਲ ਦੇ ਪਿੰਡ 'ਚ ਸਿੱਧਾ ਛੱਡਣਾ ਵਾ ਉੱਥੇ ਦੇ ਪਿੰਡ ਨੇ ਗਾਂ ਅਗਲੇ ਪਿੰਡ 'ਚ ਛੱਡਣਾ ਇੱਦਾਂ ਹੀ ਹੈ ਠੰਡੇ ਕਬੂਤਰ ਉੜ ਜਾਂਦੇ ਆ ਉਹ ਉੱਧਰ ਜੋ ਗਰਮੀ ਦੇ ਵਿੱਚ ਜ਼ਿਆਦਾ ਗਰਮੀ ਪੈਂਦੀ ਹੈ ਅੱਛਾ ਜੀ ਉਦੋਂ ਠੰਡਾ ਉਸਦਾ ਕੰਮ ਕਰ ਜਾਂਦਾ ਹਾਂਜੀ ਉਹਨੂੰ ਕਬੂਤਰ ਹੀ ਉਸ ਚੀਜ਼ 'ਤੇ ਲਾ ਲੈਂਦੇ ਆ ਹੁਣ ਬਾਕੀ ਮੈਂ ਉੱਥੇ ਮੁੰਡਾ ਆਪਣਾ ਦੋਸਤ ਸੀਗਾ ਹਾਂਜੀ ਹੁਣ ਉਹਦਾ ਨਾਂ ਨਹੀਂ ਲੈਣਾ ਉਹ ਉੱਧਰ ਸ਼ਿਕਾਰੀ ਆ ਉਹ
अपनी दवाई बूटी गोलियां जेडियां बनवाईयां दो कबूतरां नूं लाया जी। अच्छा जी। ते माशाल्लाह कबूतर 4 बजे दे वधे 6 बजे बैठे। अच्छा मैनू गल तो ताड़ी तो याद आ गई माशाल्लाह अच्छे कबूतर उधर उन्होंने दड़ा विन किया उत्थे पिंड दा तुहानू को नाम याद आ? पिंड दा नाम नहीं याद हैगा वो अपने पंजाब दे ही आ। अच्छा अच्छा अगर कुछ चढ़ते पंजाब वाले मैं अक्सर सदा भाई अपना वीर को कमेंट कर दिया कि यार को अच्छा या को सानू उस्ताद दस्यो को देसी गोलियां वाला जे अगर को सानू को साडा वीर कवे तुसी मैं तुहानू उहदा नंबर दे दूंगा डायरैक्ट ये नहीं मैं तुहानू कहना कि तुसी यूट्यूब चैनल पर बह के तुसी दस्यो वो ताडा भी ठीक आ मैं असी मानदे आ को पढ़दा वा कोई शिकारी नहीं इदां दसदा चलो एक बंदे नू बंदा दस दिंदा वा उन्होंने कहड़ा अपने सामने आना वा। हाँ जी बिल्कुल। अगर कोई बंदा चढ़दे पंजाब वाला वीर कवे को साडे दोस्त आ सुखबीर सिंह आ ते जसदीप सिंह आ अपना वीडियो साडी रोज साडे बाई देखदे ही आ उहो ते उन्हां विचों या कोई होर जिहड़े साडे वीर आ साडे नाल अटैच आ उन्होंने चैनल साडा सबसक्राइब नहीं कीता चलो उन्होंने असी मेहरबानी अपना शुक्रिया अदा करते हैं कि वो साडी वीडियो तो देखते आ उहो अगर वह कह के अपना सदा भाई हुणा नाल साडा राबता करो आओ तुसीं सानू ये गोलियां मोड़ दसणगे असी इन्हां दे दाणा पानी ते हर चीज़ करनी आ कोई तुसीं अपना आधार थोड़ा जिहा दसो। नहीं कोई बंदा जिहड़ा कोई शिकारी पुराना होवे जो वो राबता करे हाँ जी उहनूं आपां जरूर उहदी हैल्प करांगे। ठीक हो गया ठीक हो गया बाकी हैल्प करांगे तो पता लगेगा हैल्प होई सही हो गया। अच्छा सदा भाई मेरी ना अक्सर उन्होंने गल हुंदी रहिंदी आ वो कहिंदे हुण ना तुहाडे पाकिस्तान वाली गेम जिहड़ी आ साडे इलाके वाले भी करन लग पए आ भी असी चेतर बसाख दे विच ना कबूतर गर्म करके छड्डीदा। हाँ जी भी अक्सर इलाकों के भी असी गर्म करके कबूतर छड़ लईदा वा भी जेठ के ज़्यादातर असी कबूतर ठंडे करीदे आ भी यार सानू ना उन्होंने